ਲਓ ਜੀ ਸੱਜਣੋ, ਅੱਜ ਤੁਹਾਡੇ ਲਈ ਇੱਕ ਬਰੀਡਿੰਗ ਵਾਲੀ ਘੋੜੀ ਲਿਆ ਕੇ ਦਿੱਤੀ ਹੈ। ਮਾਰਵਾੜੀ ਘੋੜੀ ਹੈ, ਦੋ ਪੈਰ ਚਿੱਟੇ ਆ ਅਤੇ ਮੱਥੇ ਫੁੱਲ ਆ, ਕੰਨ ਕੁੰਨ ਨਿੱਕਾ ਜਿਹਾ ਅਤੇ ਕੁੰਡੀਆਂ ਵਾਲਾ ਕੰਨ। ਅਤੇ ਮੌਕੇ 'ਤੇ ਘੋੜੀ ਦੋਸਤੋ ਖਾਲੀ ਆ, ਸਾਰੀ ਡਿਟੇਲ ਦੇਵਾਂਗਾ। ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਰੇ ਭਰਾਵਾਂ ਦਾ, ਬਾਬਾ ਜੀਤ ਦਾ ਸਟੱਡ ਫਾਰਮ ਯੂਟਿਊਬ ਚੈਨਲ ਦੇ ਉੱਤੇ, ਅਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ 'ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ। ਦੋਸਤੋ ਅੱਜ ਤਰੀਕ 8 September 2024 ਅਤੇ ਦਿਨ ਐਤਵਾਰ ਨੂੰ ਆ ਵੀਡੀਓ ਪੈ ਰਹੀ ਹੈ ਜੀ, ਅਤੇ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਅੱਜ ਜਿਵੇਂ ਆਪਾਂ ਬੋਲਿਆ ਬਰੀਡਿੰਗ ਵਾਲੀ ਘੋੜੀ ਬੋਲਿਆ, ਕਿਉਂ ਇਹਨੂੰ ਬਰੀਡਿੰਗ ਵਾਲੀ ਬੋਲਿਆ ਸਾਰੀ ਆਪਾਂ ਵੀਡੀਓ 'ਚ ਡਿਟੇਲ ਦੇਵਾਂਗੇ। ਬਰੀਡਿੰਗ ਵਾਲੀ ਆਪਾਂ ਇਹਨੂੰ ਤਾਂ ਬੋਲਿਆ ਕਿਉਂਕਿ ਇਹਨੇ ਬੱਚੇ ਬਹੁਤ ਵੱਡੇ ਪੈਦਾ ਕੀਤੇ ਆ। ਪਹਿਲੇ ਸੂਏ ਦੀ ਵਛੇਰੀ ਸੀ, ਬਹੁਤ ਤਕੜੀ ਬਣੀ ਖੜ੍ਹੀ ਆ, ਅਤੇ ਦੂਜੇ ਸੂਏ ਵਛੇਰਾ ਦੁੱਧ ਚੁੰਘਦਾ ਹਜੇ, ਅਤੇ ਇਹਦੇ ਘੋੜੀ ਦੇ ਬਰਾਬਰ ਦਾ ਨਾ ਟੈਂਚ ਦਾ ਹੋਇਆ, 8 ਮਹੀਨੇ ਨਾ ਟੈਂਚ ਦਾ ਹੋਇਆ ਖੜ੍ਹਾ। ਉਹਦੀ ਮੈਂ ਕਲਿੱਪ ਵੀ ਲਾ ਦੂੰ ਵਿੱਚ ਉਦੋਂ ਬਾਅਦ ਜਦੋਂ ਆਪਾਂ ਡਿਟੇਲ ਦੱਸਤੀ। ਅਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਅਤੇ ਸ਼ੇਅਰ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਭਰਾਵਾਂ ਤੱਕ, ਕਿਉਂ ਜਿਹੜੇ ਵੀ ਭਰਾ ਮਾਰਵਾੜੀ ਘੋੜੀ ਬਰੀਡਿੰਗ ਵਾਸਤੇ ਲੱਭਦੇ ਹੋਣ ਤਾਂ ਉਹਨਾਂ ਲਈ ਆ ਪਰਫੈਕਟ ਆ। ਸਵਾਰੀ ਦੀ ਪਾਸ ਆ, ਬਰੀਡਿੰਗ ਨੂੰ ਵੀ ਪਾਸ ਆ, ਅਤੇ ਵੈਸੇ ਵੀ ਸੁਨੱਖੀ ਆ ਮਾਰਵਾੜੀ ਆ। ਅਤੇ ਜੇ ਤੁਸੀਂ ਵੀ ਜਾਇਜ਼ ਰੇਟ ਵਿੱਚ ਚੰਗੇ ਤੋਂ ਚੰਗਾ ਜਾਨਵਰ ਲੱਭਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਆਪਣੇ ਚੈਨਲ 'ਤੇ ਜਾਇਜ਼ ਰੇਟ ਦਾ ਜਾਨਵਰ ਮਿਲਦਾ ਜੀ। ਅਤੇ ਅੱਜ ਦੋਸਤੋ ਵੱਧਦੇ ਹਾਂ ਘੋੜੀ ਵੱਲ, ਦਿੰਦੇ ਹਾਂ ਘੋੜੀ ਡਿਟੇਲ। ਪਹਿਲਾਂ ਘੋੜੀ ਦੇ ਪੈਰਾਂ ਵੱਲ ਨਿਗਾਹ ਮਾਰੋ, ਪੈਰ ਪੂਰ ਬਹੁਤ ਸੋਹਣੀ ਮਜ਼ਬੂਤੀ ਹੈ, ਸੁੰਬ ਸੁੰਬ ਦੀ ਬਣਤਰ, ਗਰਦਨ ਦੀ ਜਿਹੜੀ ਬਿਊਟੀ ਹੈ ਲੰਮੀ ਧੌਣ ਆ, ਫੇਸ ਪ੍ਰੋਫਾਈਲ ਚੰਗੀ ਆ, ਅਤੇ ਕੰਨ ਵੀ ਨਿੱਕਾ ਲੱਗਿਆ ਹੋਇਆ। ਨੰਬਰ 2 'ਤੇ ਦੋਸਤੋ ਆਪਾਂ ਗੱਲ ਕਰੀਏ ਮਾਰਕਿੰਗ ਬਾਰੇ। ਮਾਰਕਿੰਗ ਘੋੜੀ ਦੇ ਮੱਥੇ ਫੁੱਲ ਆ ਜੀ, ਅਤੇ ਦੋ ਪੈਰ ਇੱਕੋ ਸਾਈਡ ਦੇ ਵਾਈਟ ਆ, ਥੋੜ੍ਹਾ ਜਿਹਾ ਨੱਕ 'ਤੇ ਵੀ ਨਿਸ਼ਾਨ ਆ, ਹੈ ਨਾ। ਘੋੜੀ ਦੀ ਉਮਰ ਦੀ ਗੱਲ ਕਰੀਏ ਜੀ, 5 ਸਾਲ ਤੋਂ ਪਲੱਸ ਆ ਘੋੜੀ, ਹਾਈਟ 60 ਇੰਚ ਆ ਜੀ, ਅਤੇ ਰੰਗ ਰੁੰਗ ਸੋਹਣਾ, ਲੈਂਥ ਲੁੰਥ ਦੀ ਚੰਗੀ ਆ ਘੋੜੀ, ਤੋਰੇ ਤੂਰੇ ਦੀ ਚੰਗੀ ਆ, ਗਰਦਨ ਵਾਲਾ ਕੁੰਡ ਕੁੰਡ ਵੀ ਚੰਗਾ, ਅਤੇ ਅੰਦਰ ਦੀ ਸਾਫ਼ ਆ, ਮੌਕੇ 'ਤੇ ਘੋੜੀ ਖਾਲੀ ਹੈ ਜੀ। ਵਾਲ ਭੌਰੀਆਂ ਵੱਲੋਂ ਬਿਲਕੁਲ ਸਾਫ਼ ਆ, ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਆ, ਬਾਕੀ ਆ ਕੇ ਸਾਹਮਣੇ ਦੇਖ ਕੇ ਬਾਈ ਆਪਣੀ ਵੀਡੀਓ ਵਿੱਚ ਹੀ ਤੁਹਾਨੂੰ ਦੱਸ ਦਿੰਦੇ ਹਾਂ, ਘੋੜੀ ਸਾਰੀ ਫਿੱਟ ਆ ਜਾਓ ਇੱਕ ਵਾਰ ਸਾਹਮਣੇ ਆ ਕੇ ਜਾਨਵਰ ਦੇਖ ਕੇ ਤਸੱਲੀ ਕਰਕੇ ਲੈ ਜਾਓ, ਕਿਉਂ ਬਾਅਦ 'ਚ ਕਈ ਵਾਰ ਹੁੰਦਾ ਨਾ ਅਗਲਾ ਕਹਿੰਦਾ ਬਈ ਆਹ ਚੀਜ਼ ਦੱਸੀ ਫਲਾਨਾ ਦੱਸੀ ਆ। ਜਿਹੜੀ ਵੀ ਡਿਟੇਲ ਆ ਜਿਵੇਂ ਮੱਥੇ ਫੁੱਲ, ਦੋ ਪੈਰ ਚਿੱਟੇ, ਆਪਾਂ ਉਹ ਸਾਰੀ ਤੁਹਾਨੂੰ ਡਿਟੇਲ ਮਾਰਕਿੰਗ ਦੀ ਦੱਸਤੀ, ਹਾਈਟ 60 ਇੰਚ ਦੱਸਤੀ, ਅਤੇ ਪੈਰਾਂ ਪੂਰਾਂ ਦੀ ਸਹੀ ਆ, ਵਾਲ ਭੋਰੀਆਂ ਸਹੀ ਆ, ਅੰਦਰ ਦੀ ਸਹੀ ਆ। ਅੰਦਰ ਆਪਾਂ ਚੀਜ਼ ਤਾਂ ਕਿਹਾ ਵੀ ਆਪਦੀ ਅੰਦਰ ਦੀ ਹੁਣੀ ਚੈੱਕ ਕਰਵਾ ਕੇ ਲੈ ਜਾਓ, ਕੱਲ੍ਹ ਨੂੰ ਅਗਲਾ ਹੁੰਦਾ ਅਗਲਾ ਕਹਿ ਦਿੰਦਾ ਬਈ ਆਹ ਫਲਾਨਾ ਹੈ ਨਾ, ਹੀਟ 'ਚ ਨਹੀਂ ਆਈ, ਜਾਂ ਨਹੀਂ ਆਈ, ਆਪਣੀ ਚੈੱਕ ਹੋਈ ਅੰਦਰ ਦੀ, ਬਾਕੀ ਰਿਜ਼ਲਟ ਆਪਾਂ ਨਾਲ ਦਿਖਾ ਦਾਂਗੇ। ਬੱਚਾ ਹਜੇ ਵੀ ਦੁੱਧ ਪੀਂਦਾ ਇਹਦਾ, ਸੂਈ ਹੋਈ ਆ ਘੋੜੀ, ਅਤੇ ਬੱਚੇ ਦੀ ਮੈਂ ਹੁਣ ਫੋਟੋਆਂ ਲਾਉਂਦਾ। ਆਪਾਂ ਬੱਚੇ ਬਾਰੇ ਪਹਿਲਾਂ ਗੱਲ ਕਰ ਲਈਏ, ਬੱਚੇ ਦੀ ਗੱਲ ਮੱਝੂ ਕਲੈਨ ਦੇ ਨੀਲੇ ਘੋੜੇ ਤੋਂ ਦੋਸਤੋ ਘੋੜੀ ਮੇਟ ਹੋਈ ਸੀ, ਅਤੇ ਨੀਲਾ 5 ਕਲੈਨ ਵਛੇਰਾ ਦਿੱਤਾ, ਬਹੁਤ ਜ਼ਿਆਦਾ ਚੰਗਾ ਬੱਚਾ, ਰੰਗ ਚੇਂਜ ਕਰ ਰਿਹਾ, ਗ੍ਰੇ ਹੋ ਰਿਹਾ, ਅਤੇ ਬੱਚਾ ਨਾ ਟੈਂਚ ਦਾ ਹੁਣੀ ਹੋਇਆ ਖੜ੍ਹਾ ਜੀ। ਆਹ ਮੈਂ ਉੱਪਰ ਫੋਟੋ ਲਾਉਂਦਾ ਮਾੜੀ ਮਾਰਿਓ ਨੇ ਦੋਸਤੋ। ਆ ਕੇ ਤੁਸੀਂ ਘੋੜੀ ਦਾ ਚੱਡਾ ਵੀ ਦੇਖ ਸਕਦੇ ਹੋ, ਦੁੱਧ ਪੀਂਦਾ ਬੱਚਾ ਹਜੇ 8 ਸਾਢੇ 8 ਮਹੀਨੇ ਦਾ, ਅਤੇ ਕੱਦ ਤੋਂ ਹੀ ਆਪ ਦੇਖ ਲਓ। ਇਹ ਗੱਲ ਦੇ ਕਰਕੇ ਮੈਂ ਕਿਹਾ ਸੀ ਘੋੜੀ ਬਰੀਡਿੰਗ ਵਾਲੀ ਆ, ਨੀਲਾ ਬੱਚਾ ਇਹਦਾ, ਪੂਰੇ ਵੱਡੇ ਬੱਚੇ ਪਾਉਂਦੀ ਹੋ ਮੌਕੇ 'ਤੇ ਖਾਲੀ ਤਾਂ ਘੋੜੀ। ਤੁਸੀਂ ਜਿਹੜੇ ਮਨਪਸੰਦ ਆਪਦੇ ਘੋੜੇ ਤੋਂ, ਮੱਝੂ ਕਾਲੇ ਤੋਂ, ਮਾਰਵਾੜੀ ਤੋਂ, ਜਿਹੜੇ ਤੋਂ ਵੀ ਮੀਟ ਕਰਵਾਉਣੀ ਆ ਕਰਵਾ ਸਕਦੇ ਹਾਂ, ਇਹ ਆਪਣੇ ਕਹਿ ਸਕਦੇ ਹਾਂ ਗੋਲਡਨ ਓਪਰਚੁਨਿਟੀ ਹੈ ਤੁਹਾਡੇ ਲਈ, ਕਿਉਂਕਿ ਘੋੜੀ ਜਿਹੋ ਜਿਹਾ ਘੋੜਾ ਸਾਡੇ ਉਹੋ ਜਿਹਾ ਬੱਚਾ ਦਿੰਦੀ ਆ, ਅਤੇ ਬੱਚਾ ਵੱਡਾ ਦਿੰਦੀ ਆ, ਕਿਉਂਕਿ ਘੋੜੀ ਆਪ 60 ਇੰਚ ਅਤੇ ਨਾ ਟੈਂਚ ਦਾ 8 ਮਹੀਨੇ ਜੋ ਬੱਚਾ ਹੋਇਆ ਖੜ੍ਹਾ, ਜਿੱਦਣ 5 ਸਾਲ ਦਾ ਹੋ ਗਿਆ, ਅਤੇ ਘੋੜੇ ਦੀ ਹਾਈਟ ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿੱਡਾ ਹੋਊ। ਬਾਕੀ ਬਿਊਟੀ ਵੀ ਆ ਘੋੜੀ ਜੀ ਸਾਰੀ, ਅਤੇ ਡਿਟੇਲ ਸਾਰੀ ਤੁਹਾਨੂੰ ਦੇ ਤੀ, ਨੰਬਰ ਚੱਲ ਪਏ ਉੱਪਰ, ਜੇ ਪਸੰਦ ਹੋਈ ਘੋੜੀ ਤਾਂ ਫੋਨ ਲਾ ਲਿਓ, ਮਿਲਦੇ ਹਾਂ ਜਲਦ ਨਵੀਂ।